أعوذ بالله من الشيطان الرجيم بسم الله الرحمن الرحيم وما أرسلناك إلا رحمة للعالمين صدق الله العظيم السلام عليكم انتهائي میں دل دی اتھا گرائیاں نال ساری انتظامیہ نو اور انہاں تمام احباب و رفقاکار مبارکباد پیش کرنا بالخصوص حاجی عبدالعزیز صاحب حاجی عبدالرزاق صاحب اور حاجی نعیم صاحب جنہاں نے اس محبت نال پیار نال بندنا چیز نو دعوت دیتی اور میں حاضر ہوں لیکن ساڈا عقیدہ ہے کہ آتے ہیں وہی جن کو سرکار بلاتے ہیں یقیناً اللہ دے گھر وچ محفل بھی اس گھر والے دے محبوب دی جناب ریاض محمود شہزاد صاحب میرے بڑے پیارے دوست بھائی جناب عثمان صاحب بڑا کمال پڑھتے پے سن اللہ مزید استطاعت فرمائے دلے والا گرد و نواز میری حاضری میں حاضر ہوا ہوں سرکار دی بارگاہ وچ نعت پڑھن دے حوالے نال لیکن اس پراپر شہر وچ میری پہلی حاضری ہے تو جس بندے کا دل کر رہا ہے کہ کاش میری زبان ہوئے تو میری زبان تے سونے دا درود ہوئے کدہ کدہ دل کر رہے ذرا ہاتھ چکے سبحان اللہ تو بولے ذرا ماشاءاللہ سب دا دل کر رہے بس جنہاں نے ہاتھ چکے نے وہی بندے کو درود پا کے شامل ہون تے آواز تھوڑی جی اونچی کر کے ذرا پڑھے تاکہ محفل دا ذوق روح بن جائے صلی اللہ علیہ یا انہاں مجمع ہے انہاں مجمع ہے تس ہاتھ کھڑے کیتے کہ اسی درود پاک پڑھنا چاہنے ویسے تے دل وچ ہی پڑھو تے سرکار سن دے نے ویسے محفل دے حسن واسطے اونچی پڑھ لو صلی اللہ علیہ نبی حاجی رفیق صاحب آپ بارہا محبتہ دے اور رابطہ جرے میں ایک ربائی تو آغاز انشاءاللہ پھر صلی اللہ علیک یا رسول اللہ وسلم علیک یا حبیب اللہ صلی اللہ علیک یا یا رسول اللہ وسلم علیک یا حبیب اللہ تک دل دیاں نظراں نال کدی تک دل دیاں نظراں نال کدی دل
ਕਿਰਦਾਰ ਤੂੰ ਵੱਧ ਕੇ ਕੌਣ ਤੱਕ ਦਿਲ ਦੀਆਂ ਨਜ਼ਰਾਂ ਨਾਲ ਕਦੀ ਦਿਲਦਾਰ ਤੋਂ ਵੱਧ ਕੇ ਕੌਣ ਹਿੰਜੂ ਆਪ ਗਵਾਹ ਨੇ ਹਾਂ ਕਿਉਂ ਗਮਖਾਰ ਤੋਂ ਵੱਧ ਕੇ ਕੌਣ ਹਿੰਜੂ ਆਪ ਗਵਾਹ ਨੇ ਹਾਂ ਕਿਉਂ ਗਮਖਾਰ ਤੋਂ ਵੱਧ ਕੇ ਕੌਣ ਸ਼ਰਾਧ ਭਾਈ ਇਹਨਾਂ ਦੇ ਜ਼ੌਕ ਦਾ ਐਸੇ ਮਿਸਰ ਤੇ ਪਤਾ ਲੱਗ ਜਾਏਗਾ ਕਿੰਨੇ ਹਾਜ਼ਰ ਬੈਠੇ ਨੇ ਜਿਹਦੀ ਜ਼ੁਲਫ ਵੱਲੈ ਜਿਹਦੀ ਜ਼ੁਲਫ ਵੱਲੈਲ ਹੈ ਉਸ ਸੋਹਣੇ ਸ਼ਾਹਕਾਰ ਤੋਂ ਵੱਧ ਕੇ ਕੌਣ ਜਿਹਦੀ ਜ਼ੁਲਫ ਵੱਲੈਲ ਹੈ ਉਸ ਸੋਹਣੇ ਜਿਹਦੀ ਜ਼ੁਲਫ ਵੱਲੈਲ ਹੈ ਉਸ ਸੋਹਣੇ ਸ਼ਾਹਕਾਰ ਤੋਂ ਵੱਧ ਕੇ ਕੌਣ ਹਸਨੈਨ ਦੀ ਸੌ ਕਾਇਨਾਤ ਅੰਦਰ ਸਰਕਾਰ ਤੋਂ ਵੱਧ ਕੇ ਕੌਣ ਹਸਨੈਨ ਦੀ ਸੌ ਹਸਨੈਨ ਦੀ ਸੌ ਕਾਇਨਾਤ ਅੰਦਰ ਸਰਕਾਰ ਤੋਂ ਵੱਧ ਕੇ ਕੌਣ ਉੱਥੇ ਹੋਣਗੇ ਯਾਰ ਆਜ਼ਾਦ ਹੋਈ ਇੱਥੇ ਨਬੀ ਦੇ ਜੋ ਪਾਬੰਦ ਹੋ ਗਏ ਹਾਂ ਨਿਸਬਤ ਜਿਨ੍ਹਾਂ ਨੂੰ ਮਿਲ ਗਈ ਸੋਹਣੇ ਦੀ ਬਖਤ ਉਹਨਾਂ ਦੇ ਯਾਰ ਬੁਲੰਦ ਹੋ ਗਏ ਲਾਇਆ ਜਿਨ੍ਹਾਂ ਨੂੰ ਹਾਕਿਮ ਗੱਲ ਸੋਹਣੇ ਲਾਇਆ ਜਿਨ੍ਹਾਂ ਨੂੰ ਹਾਕਿਮ ਗੱਲ ਸੋਹਣੇ ਮੁਫਲਿਸ ਹੋ ਕੇ ਵੀ ਦੌਲਤਮੰਦ ਹੋ ਗਏ ਮੇਰੇ ਨਬੀ ਤੋਂ ਬਾਅਦ ਹਸ਼ਰ ਤਾਈਂ ਬੂਏ ਯਾਰ ਨਬੂਵਤ ਦੇ ਬੰਦ ਹੋ ਗਏ ਉਹ ਹੱਥ ਚੁੱਕੇ ਜਿਹੜਾ ਤਾਜਦਾਰ ਖਤਮ ਨਬੂਵਤ ਦਾ ਕਾਇਲ ਹੈ ਹੱਥ ਚੁੱਕੇ ਸੁਭਾਨ ਅੱਲਾਹ ਬੋਲੇ ਹਾਂ ਬਲਗਲ ਉਲਾ ਬਿਕਮਾਲ ਹੀ ਕਸ਼ਫਤ ਦੁਜਾ ਬਿਜਮਾਲ ਹੀ ਹਸੁਨਤ ਜਮੀ ਉਹ ਖਿਸਾਲ ਹੀ ਮੁਕੱਦਰ ਵਾਲਾ ਬੋਲੇ ਸੱਲੂ ਵਾਲੇ ਵਾਲ ਹੀ ਦਾਵਾ ਤੇ ਨਹੀਂ ਕਰ ਸਕਦਾ ਦਾਵੇ ਤੇ ਹੋਰ ਗੱਲ ਨਹੀਂ ਸਿਰਫ ਇੱਕ ਗੱਲ ਕਹਿਣਾ ਚਾਹੁੰਦਾ ਜਿਹੜਾ ਬੰਦਾ ਵਾਕਈ ਸਰਕਾਰ ਦੀ ਮਹਿਫਲ ਸੁਣਨ ਆਇਆ ਉਹਨੂੰ ਇੱਕ ਰੁਬਾਈ ਦੇਣ ਲੱਗਾ ਆਖਰੀ ਉਸ ਤੋਂ ਬਾਅਦ ਕਲਾਮ ਹੈ ਔਰ ਉਹਦੇ ਮੈਂ ਸੁਭਾਨ ਅੱਲਾਹ ਦੀ ਆਵਾਜ਼ ਜਿਹੜੀ ਹੈ ਉਹ ਉਸਦੇ ਨਸੀਬ 'ਤੇ ਛੋੜਿਆ ਨਬੀ ਪਾਕ ਦੇ ਸ਼ਹਿਰ ਦੀ ਗਲੀਆਂ 'ਚੋਂ ਕੋਈ ਗਲੀ ਨਾਰਾਜ਼ ਨਾ ਹੋਵੇ ਨਬੀ ਪਾਕ ਦੇ ਸ਼ਹਿਰ ਦੀ ਗਲੀਆਂ 'ਚੋਂ ਕੋਈ ਗਲੀ ਨਾਰਾਜ਼ ਨਾ ਹੋਵੇ ਭਾਵੇਂ ਮੇਹਰ ਅਲੀ ਭਾਵੇਂ ਗੌਸ ਜਲੀ ਕੋਈ ਵਲੀ ਨਾਰਾਜ਼ ਭਾਵੇਂ ਮੇਰੇ ਅਲੀ ਭਾਵੇਂ ਗੌਸ ਜਲੀ ਕੋਈ ਵਲੀ ਨਾਰਾਜ਼ ਨਾ ਹੋਵੇ ਜਿਹੜੀ ਵੰਡੇ ਹਰ ਇੱਕ ਨੇਮਤ ਨੂੰ ਉਹ ਤਲੀ ਨਾਰਾਜ਼ ਨਾ ਹੋਵੇ ਜਿਹੜੀ ਵੰਡੇ ਹਰ ਇੱਕ ਨੇਮਤ ਨੂੰ ਉਹ ਤਲੀ ਨਾਰਾਜ਼ ਨਾ ਹੋਵੇ ਜੱਗ ਰੁੱਸਦਾ ਹਾਕਮ ਰੁੱਸ ਜਾਵੇ ਇੱਕ ਅਲੀ ਨਾਰਾਜ਼ ਨਾ ਹੋ ਜੱਗ ਰੁੱਸਦਾ ਹਾਕਮ ਰੁੱਸ ਜਾਵੇ ਇੱਕ ਅਲੀ ਨਾਰਾਜ਼ ਨਾ ਹੋਵੇ ਸੱਲੂ ਵਾਲੇ ਵਾਲੇ ਅੱਲਾ ਮਨਾਉਣਾ ਹੋਵੇ ਤੇ ਹਜ਼ੂਰ ਨੂੰ ਮਨਾਉਣਾ ਚਾਹੀਦਾ ਹੈ
ਅੱਲਾ ਨੂੰ ਮਨਾਉਣਾ ਹੋਵੇ ਤਾਂ ਕਿਹਨੂੰ ਮਨਾਉਣਾ ਚਾਹੀਦਾ? ਹਜ਼ੂਰ ਨੂੰ ਮਨਾਉਣਾ ਚਾਹੀਦਾ ਹੈ। ਮੈਂ ਦੋ ਹੀ ਸ਼ੇਰ ਪੜ੍ਹਨੇ ਨੇ ਸਿਰ ਇਸ ਤਰਤੀਬ ਨਾਲ ਕਿ ਅੱਲਾ ਨੂੰ ਮਨਾਉਣਾ ਹੋਵੇ ਤਾਂ ਕਿਹਨੂੰ ਮਨਾਉਣਾ ਹੈ, ਉਹ ਤੁਹਾਨੂੰ ਮੈਂ ਦੱਸਿਆ ਕਿ ਸਰਕਾਰ ਨੂੰ ਮਨਾਉਣਾ ਹੈ। ਅਗਲਾ ਸ਼ੇਰ ਹੈ ਕਿ ਜੇ ਹਜ਼ੂਰ ਨੂੰ ਮਨਾਉਣਾ ਹੋਵੇ ਤਾਂ ਥੋੜ੍ਹੇ ਤਕੜੇ ਰਹਿਣਾ ਤਰਾ, ਜੇ ਹਜ਼ੂਰ ਨੂੰ ਮਨਾਉਣਾ ਹੋਵੇ ਤਾਂ ਫਿਰ ਕਿਹਨੂੰ ਮਨਾਉਣਾ ਹੈ? ਲੋਕੀ ਰੱਬ ਨੂੰ ਮਨਾਉਣਾ ਚਾਹੁੰਦੇ ਨੇ, ਲੋਕੀ ਰੱਬ ਨੂੰ ਮਨਾਉਣਾ ਚਾਹੁੰਦੇ ਨੇ, ਰੱਬ ਯਾਰ ਮਨਾਉਣਾ ਚਾਹੁੰਦਾ ਏ, ਲੋਕੀ ਰੱਬ ਨੂੰ ਮਨਾਉਣਾ ਚਾਹੁੰਦੇ ਨੇ, ਰੱਬ ਯਾਰ ਮਨਾਉਣਾ ਚਾਹੁੰਦਾ ਏ, ਹਰ ਸੂਰਤ ਆਪਣੇ ਮਾਹੀ ਦੇ ਉਹ ਨਾਜ਼ ਉਠਾਉਣਾ ਚਾਹੁੰਦਾ ਏ, ਹਰ ਸੂਰਤ ਆਪਣੇ ਮਾਹੀ ਦੇ ਉਹ ਨਾਜ਼ ਉਠਾਉਣਾ ਚਾਹੁੰਦਾ ਏ। ਮੈਂ ਸ਼ਰਨਾਤ ਸ਼ੁਰੂ ਕੀਤੀ ਹੈ, ਲੋਕੀ ਰੱਬ ਨੂੰ ਮਨਾਉਣਾ ਚਾਹੁੰਦੇ ਨੇ, ਰੱਬ ਯਾਰ ਮਨਾਉਣਾ ਚਾਹੁੰਦਾ ਹੈ, ਹਰ ਸੂਰਤ ਆਪਣੇ ਮਾਹੀ ਦੇ ਉਹ ਨਾਜ਼ ਉਠਾਉਣਾ ਚਾਹੁੰਦਾ ਹੈ। ਜਿਹੜਾ ਕਿਆਮਤ ਦਾ ਕਾਇਲ ਹੱਥ ਚੁੱਕੇ ਸੁਭਾਨ ਅੱਲਾਹ ਬੋਲੀ ਵੀ ਕਿਆਮਤ ਆਏਗੀ, ਲੋਕ ਕਹਿੰਦੇ ਨੇ ਹਿਸਾਬ ਕਿਤਾਬ ਵੀ ਹੋਏਗਾ। ਮੈਂ ਕਿਹਾ ਜਨਾਬ ਹਿਸਾਬ ਕਿਤਾਬ ਤਾਂ ਹੋਏਗਾ, ਜ਼ਰੂਰ ਹੋਏਗਾ, ਪਰ ਉਹਨਾਂ ਦਾ ਹੋਏਗਾ ਜਿਹਨਾਂ ਦੇਵਣਾ ਹੈ। ਜਿਹੜਾ ਹਿਸਾਬ ਕਿਤਾਬ ਹੈ, ਹੁਣ ਜ਼ਰਾ ਸ਼ੇਰ ਸੁਣਨਾ ਅਤੇ ਮੈਂ ਤੁਹਾਡੀ ਪਰੇਸ਼ਾਨੀ ਖਤਮ ਕਰ ਦਿਆਂਗਾ ਜ਼ਰਾ। ਹਰ ਜੇ ਮੈਨੂੰ ਥੋੜ੍ਹਾ ਜਿਹਾ ਖੁਦ ਇਸ ਮਾਮਲੇ 'ਚ ਯਾਨੀ ਕਿ ਇਸ ਕੈਫੀਅਤ ਦਾ ਮੈਂ ਅੰਦਾਜ਼ਾ ਤੁਹਾਨੂੰ ਲਫ਼ਜ਼ਾਂ 'ਚ ਨਹੀਂ ਦੱਸ ਸਕਦਾ। ਗੱਲ ਯਾਰ ਹਿਸਾਬ ਕਿਤਾਬ ਦੀ ਨਹੀਂ, ਮਹਸ਼ਰ ਦਾ ਵੀ ਇੱਕ ਮਕਸਦ ਏ, ਰੱਬ ਹਰ ਮੁਨਕਰ ਨੂੰ ਸੋਹਣੇ ਦਾ ਬਸ ਸ਼ਾਨ ਵਿਖਾਣਾ ਚਾਹੁੰਦਾ ਏ, ਰੱਬ ਹਰ ਮੁਨਕਰ ਨੂੰ ਸੋਹਣੇ ਦਾ ਬਸ ਸ਼ਾਨ ਵਿਖਾਣਾ ਚਾਹੁੰਦਾ ਏ। ਇੱਕ ਸ਼ੇਰ ਹੈ, ਲਫ਼ਜ਼ ਹੁੰਦਾ ਤੁਸੀਂ ਦੇਰ ਨਾਲ ਆਏ ਹੋ, ਅਸੀਂ ਇੰਨਾ ਚਿਰ ਤੁਸੀਂ ਕਿੱਥੇ ਰਹੇ? ਚਿਰ ਲਫ਼ਜ਼ ਚਿਰ ਜਿਹੜਾ ਹੈ ਇਹਦੇ ਦੇਰ ਦੀ ਤਖੀਰ ਦੀ ਤਰਫ ਜਾਂਦਾ। ਕਿਉਂ ਦਿਨ ਨਹੀਂ ਚੜਨ ਦਾ ਨਾਲ, ਕਿਉਂ ਯਾਰ ਸਵੇਰ ਨੇ ਚਿਰ ਲਾਇਆ, ਇੰਜ ਲੱਗਦਾ ਖਾਲਕ ਹਬਸ਼ੀ ਤੂੰ ਆਜ਼ਾਨ ਪੜਾਣਾ ਚਾਹੁੰਦਾ ਏ, ਇੰਜ ਲੱਗਦਾ ਖਾਲਕ ਹਬਸ਼ੀ ਤੂੰ ਆਜ਼ਾਨ ਪੜਾਣਾ ਚਾਹੁੰਦਾ ਏ। ਕਲਾਮ ਲੰਮਾ ਹੋ ਜਾਏਗਾ, ਜ਼ਰਾ ਮੈਂ ਟਨ ਲੈਣਾ। ਅੱਗੇ ਤੁਸੀਂ ਅੱਲਾਹ ਦਾ ਮਹਿਬੂਬ ਮਨਾਈਏ ਤਾਂ ਅੱਲਾਹ ਮੰਨਦਾ, ਹੁਣ ਦੱਸਣਾ ਕਿ ਮਹਿਬੂਬ ਨੂੰ ਮਨਾਈਏ ਤਾਂ ਕਿਹਨੂੰ ਮਨਾਈਏ ਜ਼ਰਾ। ਬਸ ਯਾਰ ਮਨਾ ਲੈ ਹੈਦਰ ਨੂੰ, ਸੁਭਾਨ ਅੱਲਾਹ, ਕੋਈ ਮੰਗਣੀ ਨਹੀਂ, ਦਿਲ ਕਰੇ ਸੁਭਾਨ ਅੱਲਾਹ ਕਹੀ ਜਾਣਾ, ਦਿਲ ਕਰੇ ਸੁਣੀ ਜਾਣਾ ਚੁੱਪ ਕਰਕੇ, ਹਾਂ ਅਲਬੱਤਾ ਕਰਜ਼ ਰਹਿ ਜਾਏਗਾ ਤੁਹਾਡੇ 'ਤੇ। ਬਸ ਯਾਰ ਮਨਾ ਲੈ ਹੈਦਰ ਨੂੰ, ਹਸਨੈਨ ਦਾ ਨਾਨਾ ਮਨ ਜਾਸੀ,
بس یار منالے حیدر نو حسنین دنانا مر جاسی اگلی گل سمجھنے والی ہے جے من گیا باب زہرا دا جے من گیا باب زہرا دا تینو سارا زمانہ مر جاسی جے من گیا باب زہرا دا جڑا علی نو منانا چاہندا ہے میرے کو ٹینٹ بھی ہے تو بندے نے ٹینٹ دے تھلے پھر ٹینٹ لے آنے یعنی چادر میں لائی ہوئی اجے تو میں تمہیں چھیڑیا ہی نہیں کچھ بھی نہیں کیا بس اپنا ذوق پڑھ رہے ہیں میں چاہنا کہ تھوڑا جہا جو جوان بندے بیٹھے ہیں جڑے سارے بزرگ نے انہوں کی خیر ہے وہ جی بیٹھے ہیں ٹھیک بیٹھے ہیں تو جی ینگ پارٹی بیٹھی ہے انہوں تھوڑا حق بنتا ہے کہ تھوڑا جہاں سرکار کی بارگاہ چاہے ہو تو جڑے علی مناو آئے ہیں حضور تک جانا تو بہت بہت ہی گل ہے جے من گیا باب زارا دا تینو سارا زمانہ من جاسی سلطان نے باہو رحمت اللہ علیہ کیا انہوں نے زمانہ نہیں مندا کیا بابا فرید نو زمانہ نہیں مندا کیا داتا صاحب نو زمانہ نہیں مندا کیا میر علی نو زمانہ نہیں مندا یہ زمانہ کیوں مند ہے جے من گیا باب زہرا دا حسنین تینو سارا زمانہ مر جاسی جے من گیا باب زہرا دا حیدر دی بزم سجائی جا بس گیت علی دے گائی جا او رسیا رب وی ویخ لوی اے سن کے ترانہ مر جاسی جے من گیا باب زہرا دا جڑے حسینی بیٹھے نے یزید نے پانی بھی بند کیتا ہے یزید نے تیر بھی برسائے ہر ظلم کیتا کیوں کیتا کربل وچ پانی بند کیتا تے یزید نے ڈیر پابند کیتا اے سوچ کے شاید بیعت لئی حیدر دا گھرانہ مر جاسی ہاں جے من گیا باب زہرا دا اہلے سٹیج اہلے پنڈال مکتا پڑھن لگا کہ چنگا بخت ہوئے تا اے حاکم پھر پیار علی دا ملدا اے اس گل نوں من کے نہیں مننا بہلول سیاڑا مر جاسی جے من گیا باب زہرا دا تینو سارا زمانہ مر جاسی جے من گیا باب زہرا دا ایک بار مدینے پاک دی زیارت واسطے جانا چاہندا ہے چکو سبحان اللہ بولے میں حضرت شیر بڑا جی جی ماشاءاللہ نہیں اج فرمائشاں نہیں چلنی اج صرف جیب وچ جان گیاں پھر سی انشاءاللہ کری اج تو صرف دو کلام میرے کو سن لو تے میری طبیعت نہیں ٹھیک ہے میں جس کیفیت نہ پڑھدا پیا مینوں پتہ ذرا ہاں ہاں مولا تیبا
ਵਿੱਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਕੌਣ ਕੌਣ ਜਾਂਦਾ ਮਦੀਨੇ ਥਾਂ ਰਹਿਣ ਲਈ ਹੋਵੇ, ਭਾਵੇਂ ਇੱਕ ਮਰਲਾ ਹੀ ਹੋਵੇ, ਉਹ ਬੰਦਾ ਪੰਜ ਸ਼ਗਨ ਹੱਥ ਥੱਲੇ ਨਾ ਕਰੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਕਰਾਂ ਮੈਂ ਦੀਦ ਰੋਜ਼ੇ ਦੀ, ਕਰਾਂ ਮੈਂ ਦੀਦ ਰੋਜ਼ੇ ਦੀ, ਤੇ ਨਿੱਤ ਤਾਜ਼ਾ ਇਮਾਂ ਹੋਵੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਅੱਜ ਤਾਂ ਕੈਮਰੇ ਵਾਲਾ ਖੜਾ ਬਾਈ, ਇਹ ਕੈਮਰਾ ਮਾਸ਼ਾ, ਅੱਧੇ ਬੰਦੇ ਇੱਧਰ ਨੇ ਅਤੇ ਅੱਧ ਇੱਧਰ ਨੇ। ਦੋ ਸ਼ੇਰ ਸੁਣਾਉਣੇ ਨੇ, ਇੱਕ ਤੁਹਾਡਾ ਅਤੇ ਇੱਕ ਇਹਨਾਂ ਦਾ। ਮੈਂ ਤੁਹਾਨੂੰ ਥੋੜ੍ਹੀ ਜਿਹੀ ਬਸ ਐਵੇਂ ਤਕਲੀਫ ਦੇਣੀ ਹੈ, ਦਿਲ ਕਰੇ ਤਾਂ ਫਿਰ ਜ਼ਰਾ ਮਿਲ ਕੇ ਮੇਰਾ ਦਿਮਾਗ ਮਿਲਾਉਣਾ। ਸੁਭਾਨ ਅੱਲਾਹ, ਤੁਸੀਂ ਕਹਿਣੀ ਪਹਿਲਾ ਸ਼ੇਰ ਤੁਹਾਡੇ ਇਸੇ 'ਚ ਹੈ। ਸ਼ੇਰ ਸੁਣਨਾ ਤਰਾ, ਜਿਹੜਾ ਮਦੀਨੇ ਜਾਣਾ ਚਾਹੁੰਦਾ ਉਹਦੀ ਨਜ਼ਰ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਨਬੀ ਦਾ ਖੁਦ ਖੁਦਾ ਮੌਲਾ, ਜ਼ਿੰਮੇਦਾਰੀ ਲੈਣਾ ਥੋੜ੍ਹੀ ਜੀ। ਨਬੀ ਦਾ ਖੁਦ ਖੁਦਾ ਮੌਲਾ, ਅਲੀ ਦਾ ਮੁਸਤਫਾ ਮੌਲਾ, ਨਬੀ ਦਾ ਖੁਦ ਖੁਦਾ ਮੌਲਾ, ਅਲੀ ਦਾ ਮੁਸਤਫਾ ਮੌਲਾ, ਅਲੀ ਨੂੰ ਜੋ ਵੀ ਕਹਿ ਮੌਲਾ, ਉਹ ਮੋਮਿਨ ਜਾ ਕੇ ਤਾਂ ਹੋਵੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਇਹਨਾਂ ਨੇ ਕਿਸ ਤਰ੍ਹਾਂ ਸੁਣਿਆ? ਸੁਭਾਨ ਅੱਲਾਹ, ਇਹਨਾਂ ਵੀ ਕਹੀ। ਹੁਣ ਤੁਹਾਡੀ ਵਾਰੀ ਹੈ, ਤੁਹਾਡੀ ਸੁਭਾਨ ਅੱਲਾਹ ਸੁਣਨੀ ਹੈ। ਇੱਕ ਉਹ ਝੰਡਾ ਜਿਹੜਾ ਕੱਲ ਕਿਆਮਤ ਵਾਲੇ ਦਿਨ ਹੋਏਗਾ ਤੇ ਅਲੀ ਦੇ ਹੱਥ 'ਚ ਹੋਏਗਾ, ਇੰਨੀ ਸੁਭਾਨ ਅੱਲਾਹ ਤਾਂ ਅਲੀ ਨਾਲ ਹੀ ਸੁਣਿਆ ਜਾ ਸਕਦਾ। ਮੈਂ ਤਾਂ ਪਹਿਲੇ ਤਾਂ ਫਾਜ਼ਰ ਹੋਇਆ, ਕੋਈ ਗੱਲ ਵੀ ਨਹੀਂ ਤੁਹਾਨੂੰ ਕਹਿਣਾ ਚਾਹੁੰਦਾ ਚੰਨਾ, ਵਰਨਾ ਆਪਣਾ ਆਪਣਾ ਜ਼ੌਕ ਹੁੰਦਾ। ਮੈਂ ਬੰਦੇ ਬੜੇ ਜਿਹੜੇ ਵੀਡੀਓ ਬਣਾਉਣ ਵਾਲੇ ਉਹ ਵੇਖ ਰਹੇ, ਮੈਂ ਮੋਬਾਈਲ ਹਰ ਬੰਦੇ ਕੋਲ ਹੈ, ਆਪਣੇ ਜ਼ੌਕ ਨੂੰ ਬੈਠਾ ਹੁੰਦਾ। ਲੇਕਿਨ ਉਸ ਬੰਦੇ ਦਾ ਇਮਾਨ ਕਾਮਿਲ ਹੈ ਜਿਹੜਾ ਬਗੈਰ ਡਿਮਾਂਡ ਕੀਤੇ ਮੁਹੰਮਦ ਸੱਲਮ ਦੀ ਜ਼ਾਤ 'ਤੇ, ਜਾਂ ਤਾਂ ਮੌਲਾ ਅਲੀ ਦੀ ਜ਼ਾਤ 'ਤੇ, ਜਾਂ ਜਨਾਬ ਦੇ ਸਾਹਬਾ ਇਕਰਾਮ ਦੀ ਜ਼ਾਤ 'ਤੇ, ਯਾਨੀ ਸੋਚੇ ਸਮਝੇ ਬਗੈਰ ਸੁਭਾਨ ਅੱਲਾਹ ਕਵੇ, ਉਹ ਬੰਦਾ ਬੜਾ ਆਸ਼ਿਕ ਜਿਹਾ ਹੁੰਦਾ। ਅਤੇ ਜਿਹੜਾ ਸੋਚ ਹੀ ਪੈ ਜਾਂਦਾ ਪਤਾ ਨਹੀਂ ਕੀ ਕਹਿਣਾ ਅਤੇ ਕੀ ਨਹੀਂ ਕਹਿਣਾ, ਉਹ ਬੰਦਾ ਮਹਿਫਲ 'ਚ ਹਾਜ਼ਰ ਨਹੀਂ ਹੈ। ਦੁਬਾਰਾ ਦਰਸ਼ ਸੁਣਨਾ। ਮੌਲਾ ਤੈਬਾ ਚ ਘਰ ਹੋਵੇ, ਸ਼ਾਪ ਦੇਣਾ ਤੁਹਾਨੂੰ, ਵੈਸੇ ਕੋਈ ਘਟਾ ਦਿਓ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਅਲਮ ਕਹਿੰਦੇ ਨੇ ਝੰਡੇ ਨੂੰ ਲਿਵਾਏ ਹਮਦ ਵੀ ਝੰਡੇ, ਖੁਦਾ ਜਾਣੇ ਕਿ ਕਿਸ ਝੰਡੇ ਦੀ ਕਲ ਮਾਸ਼ਰ ਨੂੰ ਛਾਂ ਹੋਵੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਿਣ ਲਈ ਥਾਂ ਹੋਵੇ। ਇਹੋ ਮੈਂ ਸੋਚ ਕੇ ਜਾਵਾਂ ਬੱਕੀ ਵਿੱਚ ਹੈ ਮੇਰੇ ਮੌਲਾ, ਮਦੀਨੇ ਜੰਨਤੁਲ ਬਕੀ। ਇਹ ਸੋਚ ਕੇ ਜਾਵਾਂ, ਕੀ ਸੋਚ ਕੇ ਜਾਵਾਂ?
ਇਹੋ ਮੈਂ ਸੋਚ ਕੇ ਜਾਵਾਂ ਬੱਕੀ ਵਿੱਚ ਐ ਮੇਰੇ ਮੌਲਾ ਨਬੀ ਆਪੇ ਮਨੀ ਪੋਸੀ ਜੇ ਖੁਸ਼ ਜ਼ੈਨਬ ਦੀ ਮਾਂ ਹੋਵੇ ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਵੇ ਲਿਖਾ ਹੋਵੇ ਮੌਲਾ ਤੈਬਾ ਚ ਘਰ ਹੋਵੇ ਉੱਥੇ ਰਹਵੇ ਲਿਖਾ ਹੋਵੇ। ਬਹੁਤ ਸਾਰੇ ਫਰਮਾਇਸ਼ਾਂ ਵਿੱਚੋਂ ਮੈਂ ਬਹੁਤ ਸਾਰੇ ਕਲਾਮ ਛੋੜਦੇ ਹੋਇਆ ਤਬੀਅਤ ਦੇ ਮੁਤਾਬਿਕ ਇੱਕ ਕਲਾਮ ਮੇਰਾ ਖੁਦ ਪੜ੍ਹਨ ਨੂੰ ਦਿਲ ਕਰ ਰਿਹਾ। ਕੈਸੇ ਸਮਝੇ ਗੇ ਤੇਰੀ ਸ਼ਾਨ ਜ਼ਮਾਨੇ ਵਾਲੇ ਕੈਸੇ ਸਮਝੇਂਗੇ ਤੇਰੀ ਸ਼ਾਨ ਜ਼ਮਾਨੇ ਵਾਲੇ। ਅਬ ਜੋ ਬੰਦਾ ਥੋੜ੍ਹਾ ਸਾ ਜ਼ੌਕ ਰੱਖਤਾ ਹੈ ਲੁਗਫ ਸੇ ਸੁਖਨ ਨਵਾਜ਼ੀ ਸੇ ਉਸਸੇ ਮੁਖਾਤਿਬ ਹੂੰ। ਕੈਸੇ ਸਮਝੇ ਗੇ ਤੇਰੀ ਸ਼ਾਨ ਜ਼ਮਾਨੇ ਵਾਲੇ ਕੈਸੇ ਸਮਝੇ ਗੇ ਤੇਰੀ ਸ਼ਾਨ ਜ਼ਮਾਨੇ ਵਾਲੇ। ਅਬ ਹੱਥ ਉਠਾਉਣਾ ਪੜੇਗਾ। ਖੁਦ ਮਿਟੇਂਗੇ ਵੋ ਤੇਰਾ ਨਾਮ ਮਿਟਾਨੇ ਵਾਲੇ ਖੁਦ ਮਿਟੇਂਗੇ ਵੋ ਤੇਰਾ। ਚਾਦਰੋਂ ਸੇ ਹੱਥ ਨਿਕਾਲ ਲੀਜੀਏ ਤਾਂਕਿ ਪਤਾ ਚਲੇ ਕਿ ਅਬ ਯਹੀ ਕਹਿ ਰਹੇ ਹੈ ਕਿ ਵੋ ਮਿਟ ਜਾਏਂਗੇ ਤੇਰਾ ਨਾਮ ਮਿਟਾਨੇ ਵਾਲੇ ਹੈ ਵੋ ਮਿਟ ਜਾਏਂਗੇ। ਔਰ ਜੋ ਇਸ ਨਾਮ ਸੇ ਪਿਆਰ ਕਰਤਾ ਹੈ ਵੋ ਹੱਥ ਬੁਲੰਦ ਕਰਕੇ ਯੇ ਗਵਾਹੀ ਦੇ। ਹਾਂ ਖੁਦ ਮਿਟੇਂਗੇ ਵੋ ਤੇਰਾ ਨਾਮ ਮਿਟਾਨੇ ਵਾਲੇ। ਇੱਕ ਦਫਾ ਫਿਰ ਆਪਕੀ ਤਰਫ ਆਤਾ ਹੂੰ। ਇਸ ਸ਼ੇਰ ਕਾ ਇਸ ਨਾਤ ਕਾ ਪਹਿਲਾ ਸ਼ੇਰ ਦੇ ਰਹਾ ਹੂੰ। ਕਿਆ ਜ਼ਰੂਰਤ ਹੈ ਕਿ ਹਮ ਚਾਂਦ ਕਾ ਜਲਵਾ ਦੇਖੇ। ਅਭੀ ਪਤਾ ਚੱਲ ਜਾਏਗਾ ਕਿਤਨੇ ਜ਼ੌਕ ਮੇਂ ਬੈਠੇ ਆਪ। ਕਿਆ ਜ਼ਰੂਰਤ ਹੈ ਕਿ ਹਮ ਚਾਂਦ ਕਾ ਜਲਵਾ ਦੇਖੇ। ਠਹਿਰੋ ਠਹਿਰੋ ਕਹਿ ਵੋ ਜ਼ੁਲਫ ਹਟਾਨੇ ਵਾਲੇ ਠਹਿਰੋ 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 ਕਿ ਹੈ ਵੋ ਜ਼ੁਲਫ ਹਟਾਨੇ ਵਾਲੇ। ਇਸਕੋ ਮੈਨੇ ਅਬ ਜ਼ੁਲਫ ਕੀ ਬਾਤ ਹੋਈ ਹੈ ਭਾਈ ਆਪਕੋ ਕਸਮ ਹੈ ਪੈਦਾ ਕਰਨੇ ਵਾਲੇ ਕੀ ਜੋ ਬੰਦਾ ਅਬ ਤੱਕ ਸੁਭਾਲਾ ਨਹੀਂ ਬੋਲਾ ਵੋ ਧਿਆਨ ਸੇ ਸੁਨੇ ਜੋ ਨਬੀ ਕੇ ਹੁਸਨ ਪੇ ਦਾਦ ਨਾ ਦੇ ਸਕਾ ਵੋ ਬੰਦਾ ਸੁਨਨੇ ਆਇਆ ਹੀ ਨਹੀਂ ਵੋ ਕੋ ਔਰ ਕਿਸੀ ਔਰ ਕਾਮ ਸੇ ਆਇਆ। ਮਤਾਏ ਨੂਰ ਸਿਤਾਰੋ ਮੇਂ ਬਟ ਗਈ ਹੋਗੀ ਮਤਾਏ ਨੂਰ ਸਿਤਾਰੋ ਮੇਂ ਬਟ ਗਈ ਹੋਗੀ ਜ਼ਿਆ ਕੀ ਡੋਰ ਤੀਰਗੀ ਸੇ ਕਟ ਗਈ ਹੋਗੀ ਜ਼ਿਆ ਕੀ ਡੋਰ ਤੀਰਗੀ ਸੇ ਕਟ ਗਈ ਹੋਗੀ। ਹਾਕਿਮ ਸੁਬੋ ਹੋਈ ਹੈ ਤੋ ਇਸਕਾ ਹੈ ਯੇ ਸਬਬ
کے زلفِ آقا ذرا چہرے سے ہٹ گئی ہوگی۔ ٹھہرو ٹھہرو کہ وہ زلف ہٹانے والے۔ اکو عرب دا ڈھولا کافی ہے، نہ بولیں عزت ہو سکتی ذوق نہیں ہو سکتا۔ اکو عرب دا ڈھولا کافی ہے، بہتے ڈھولے ٹھیک نہیں ہوندے۔ چولا عشق نبی دا کافی ہے، بہتے چولے ٹھیک نہیں ہوندے۔ غیراں واسطے حاکم نینا دے، بوے کھولے ٹھیک نہیں ہوندے۔ غیراں واسطے حاکم نینا دے، بوے کھولے ٹھیک نہیں ہوندے۔ اج حشر ہے، اج حشر ہے، اج تے سامنے آ اینے اولے ٹھیک نہیں ہوندے۔ اے گل وی او دی زلف ہاں ٹھہرو ٹھہرو کہ وہ زلف ہٹانے والے۔ سارا سارے دوست جتنے بھی عشاق مصطفیٰ بیٹھے ہیں، اللہ کرے جب مدینے جائیں تو جب بندہ پاکستان واپس آنے لگتا ہے تو دل کرتا ہے کہ کاش آقا کے روضے سے یہ آواز آئے۔ کون سی آواز آئے، کیسی آواز آئے؟ جو ہی طیبہ سے میں نکلوں تو کہیں یوں آقا، جو ہی طیبہ سے میں نکلوں تو کہیں یوں آقا، لوٹ آؤ اے میرے شہر سے جانے والے۔ لوٹ آؤ اے میرے شہر سے جانے والے۔ ان میں زہرا بھی ہے حیدر، بھی ہے حسنین، بھی ہے کتنے اطہر ہیں محمد کے گھرانے والے۔ کتنے اطہر ہیں محمد کے گھرانے والے۔